ਪੰਜਾਬ ਵਿੱਚ ਕਰੋਨਾ ਵਾਇਰਸ ਦੇ ਫਲਾਣ ਨੂੰ ਰੋਕਣ ਲਈ ਲਗਾਈਆਂ ਗਈਆਂ ਪਾਬੰਦੀਆਂ ਤੇ ਕਰਫਿਊ ਦਾ ਅੱਜ ਛੇਮਾ ਦਿਨ ਹੈ ਪਰ ਅੱਜ ਦਿਨ ਲੋਕਾਂ ਨੂੰ ਨਵੀਆਂ ਸਮੱਸਿਆਵਾਂ ਦੇ ਨਾਲ ਜੂਝਣਾ ਪੈ ਰਿਹਾ ਹੈ ਭਾਵੇਂ ਕਿ ਸੂਬੇ ਦੇ ਸਿਹਤ ਵਿਭਾਗ ਨੇ ਅੱਜ ਕਰੋਨਾ ਵਾਇਰਸ ਦਾ ਕੋਈ ਨਵਾਂ ਕੇਸ ਨਾ ਆਉਣ ਦੀ ਰਿਪੋਰਟ ਦੇ ਕੇ ਕੁਝ ਰਾਹਤ ਤਾਂ ਜਰੂਰ ਦਿੱਤੀ ਪਰ ਘਰਾਂ ਦੇ ਵਿੱਚ ਬੈਠੇ ਲੋਕਾਂ ਨੂੰ ਆਪਣੀ ਜ਼ਿੰਦਗੀ ਚਾਲੂ ਰੱਖਣ ਦੇ ਲਈ ਕੋਈ ਰਾਹਤ ਨਹੀਂ ਮਿਲ ਰਹੀ ਪਹਿਲਾਂ ਲੋਕਾਂ ਦੇ ਘਰਾਂ 'ਚੋਂ ਰਾਸ਼ਨ ਖਤਮ ਹੋਇਆ ਤੇ ਹੁਣ ਦੁਕਾਨਾਂ 'ਚੋਂ ਵੀ ਰਾਸ਼ਨ ਖਤਮ ਹੋ ਰਿਹਾ ਹੈ ਇੱਕ 71 ਜਾਣਕਾਰੀ ਮੁਤਾਬਕ ਵੱਡੇ ਛੋਟੇ ਸ਼ਹਿਰਾਂ ਕਸਬਿਆਂ ਤੇ ਪਿੰਡਾਂ ਦੇ ਵਿੱਚ ਮੌਜੂਦ ਦੁਕਾਨਾਂ ਤੋਂ ਜ਼ਿਆਦਾ ਰਾਸ਼ਨ ਖਤਮ ਹੋ ਗਿਆ ਤੇ ਜਾਂ ਫਿਰ ਖਤਮ ਹੋਣ ਦੇ ਕਿਨਾਰੇ ਆ। ਉਹਨਾਂ ਦੁਕਾਨਦਾਰਾਂ ਦਾ ਇਹ ਕਹਿਣਾ ਹੈ ਕਿ ਸਾਡੇ ਕੋਲੇ ਰਾਸ਼ਨ ਦੀ ਵੱਡੀ ਸਪਲਾਈ ਜਿਹੜੀ ਆ ਉਹ ਦਿੱਲੀ ਜਾਂ ਬਾਕੀ ਰਾਜਾਂ ਤੋਂ ਹੁੰਦੀ ਸੀ ਪਰ ਪਿਛਲੇ 1 ਹਫ਼ਤੇ ਤੋਂ ਜੋ ਸਪਲਾਈ ਠੱਪ ਹੋਈ ਹੈ ਉਸ ਤੋਂ ਬਾਅਦ ਉਹਨਾਂ ਦੇ ਕੋਲ ਲੋੜੀਂਦੀਆਂ ਵਸਤਾਂ ਹਰ ਰੋਜ਼ ਵਰਤੋਂ ਦੀਆਂ ਚੀਜ਼ਾਂ ਹੁੰਦੀਆਂ ਨੇ ਉਹਨਾਂ ਤੱਕ ਨਹੀਂ ਪਹੁੰਚ ਰਹੀਆਂ। ਜੇਕਰ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਇਹ ਲੋਕਾਂ ਲਈ ਇੱਕ ਵੱਡੀ ਸਮੱਸਿਆ ਪੈਦਾ ਹੋ ਸਕਦੀ ਹੈ ਲੋਕ ਹਾਲੇ ਵੀ ਜਿਹੜੇ ਨੇ ਉਹ ਘਰਾਂ 'ਏ ਹੋਏ ਨੇ ਤੁਹਾਡੇ ਨਾਲ ਇੱਕ ਰਿਪੋਰਟ ਸਾਂਝੀ ਕਰਦੇ ਆਂ ਪਿਛਲੇ 6 ਦਿਨਾਂ ਤੋਂ ਪੰਜਾਬ ਅੰਦਰ ਚੱਲ ਰਹੇ ਕਰਫਿਊ ਨੇ ਕਰੋਨਾ ਦਾ ਡਰ ਭਾਵੇਂ ਲੋਕਾਂ ਅੰਦਰ ਘਟਾ ਦਿੱਤਾ ਪਰ ਘਰਾਂ 'ਚੋਂ ਮੁੱਕ ਰਹੇ ਆਟਾ ਦਾਲ ਮਸਾਲਿਆਂ ਨੇ ਲੋਕਾਂ ਦੀਆਂ ਸਮੱਸਿਆਵਾਂ ਵਧਾ ਦਿੱਤੀਆਂ ਨੇ ਵੱਡੇ ਛੋਟੇ ਸ਼ਹਿਰਾਂ ਪਿੰਡਾਂ ਦੇ ਦੁਕਾਨਦਾਰਾਂ ਕੋਲ ਖੁਰਾਕੀ ਵਸਤਾਂ ਦੇ ਭੰਡਾਰ ਮੁੱਕਣ ਲੱਗੇ ਨੇ ਦੁਕਾਨਦਾਰਾਂ ਮੁਤਾਬਕ ਲਾਕਡਾਊਨ ਦੇ ਪਹਿਲੇ 3-4 ਦਿਨਾਂ ਅੰਦਰ ਹੀ ਲੋਕ ਵੱਡੀ ਮਾਤਰਾ 'ਚ ਲੋੜੀ ਦਾ ਸਮਾਨ ਆਪਣੇ ਘਰਾਂ ਦੇ ਵਿੱਚ ਲਿਜਾ ਕੇ ਸਟੋਰ ਕਰਨ ਲੱਗੇ ਜਿਸ ਨਾਲ ਉਹਨਾਂ ਕੋਲ ਸਟਾਕ ਦੀ ਭਾਰੀ ਕਮੀ ਆ ਗਈ ਆਵਾਜਾਈ ਠੱਪ ਹੋਣ ਕਾਰਨ ਮਾਲ ਦੀ ਸਪਲਾਈ ਨਹੀਂ ਹੋ ਸਕਦੀ ਜੇਕਰ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਲਾਈਆਂ ਗਈਆਂ ਪਾਬੰਦੀਆਂ 15 ਅਪ੍ਰੈਲ ਤੋਂ ਬਾਅਦ ਵੀ ਵੱਧ ਜਾਂਦੀਆਂ ਨੇ ਤਾਂ ਜ਼ਰੂਰੀ ਵਸਤਾਂ 'ਚ ਭਾਰੀ ਕਮੀ ਆ ਸਕਦੀ ਹੈ ਉੰਜ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਝੁੱਗੀ ਝੌਂਪੜੀ 'ਚ ਰਹਿੰਦੇ ਗਰੀਬ ਰਿਕਸ਼ਾ ਚਾਲਕ ਅਤੇ ਦਿਹਾੜੀਦਾਰਾਂ ਦੇ ਪਰਿਵਾਰ ਨੂੰ ਰਾਸ਼ਨ ਤੇ ਸਬਜ਼ੀਆਂ ਪਹੁੰਚਾਉਣ ਦੇ ਦਾਅਵੇ ਕੀਤੇ ਨੇ ਪਰੇ ਦਾਵੇ ਆਟੇ 'ਚ ਲੂਣ ਬਰਾਬਰ ਕੁਝ ਹੱਦ ਤੱਕ ਹੀ ਸੀਮਤ ਨੇ ਪ੍ਰਸ਼ਾਸਨ ਨੂੰ ਲੋੜੀ ਦੇ ਪ੍ਰਬੰਧ ਕਰਨੇ ਚਾਹੀਦੇ ਹਨ ਨਹੀਂ ਲੋਕਾਂ ਦੀਆਂ ਸਮੱਸਿਆਵਾਂ ਹੋਰ ਵੱਧ ਸਕਦੀਆਂ ਨੇ